ਜੀ ਪੁੱਟ ਖਾ ਕੇ ਨਾ ਆਇਓ ਜਿਵੇਂ ਉਦੋਂ ਪੁੱਟ ਖਾ ਗਿਆ ਚਾਚੇ ਨੇ ਆਪਣਾ ਕੰਮ ਚਾਚਾ ਇੱਦਾਂ ਦੇ ਕੰਮ ਚ ਪੁੱਟ ਪਾ ਕੇ ਜਾਂਦਾ ਸਿਆਣਾ ਹੈਗਾ ਸ਼ਰੀਕ ਚੀਮਾ ਜਦੋਂ ਘਰਵਾਲਾ ਹੁੰਦਾ ਸ਼ਰੀਕ ਵੀ ਜੋਗਰ ਪਾ ਕੇ ਆਪਾਂ ਬੁਰੇ ਕਹਿੰਦੇ ਤੂੰ ਜੋਗਰ ਕੱਸੇ ਸੀ ਵੈਸੇ ਫਾਇਦੇਮੰਦ ਰਹਿੰਦੇ ਆ ਉਹ ਜਦੋਂ ਚਾਹ ਲਾ ਲਈ ਤੇ ਕਹੀਂ ਲੱਗਦਾ ਵੈਸੇ ਹੀ ਜਦੋਂ ਤੁਹਾਨੂੰ ਲੜਨਾ ਵੀ ਪੈਣਾ ਐਕਟਿਵ ਰਹਿੰਦੇ ਹੋ ਚੰਗਾ ਵਾਰਤਾ ਸਾਨੂੰ ਮਾਣ ਗਏ ਤੂੰ ਪਰਚਾ ਕਰਾਉਂਗੇ ਪੈਸੇ ਜਮਾ ਦੇਣਾ ਲੱਖ ਲੱਖ ਰੁਪਇਆ ਵੈਕਸੀਨ ਕੰਮ ਵੀ ਨਹੀਂ ਜਾ ਸਕਦੇ।